हवेली लखा से खबर शामिल करते हैं, जहां पर म्यूनिसिपल कमेटी हवेली लखा के मुलाजमीन ने अपने मुतालबात मनवाने के लिए काम छोड़कर एहतजाज किया, जिसके बाद मसीही बरादरी की तरफ से जॉइंट सेक्रेटरी ओकाड़ा पाकिस्तान मुस्लिम लीग नून सारा इरफान, इमरान रहमत, गौरी मसीह, जनरल सेक्रेटरी दीपालपुर नवाज शरीफ, लॉर्स यूथ विंग जफर मसीह और तनवीर मसीह ने मसीही बरादरी की तरफ से नुमाइंदगी की। चेयरमैन म्यूनिसिपल कमेटी हवेली लखा में मियाँ शोएब कादिर वट्टू ने मुतलका अफसरान से मुतालबात हल कराने के लिए यकीन दहानी करवाई, जिस पर एहतजाज खत्म कर दिया गया। मजीद उन्होंने क्या कहा, जानते हैं इस रिपोर्ट में। मुस्लिम लोग झाड़ू वाले सीटा ते ने झाड़ू फेरन अदिया दिया तनखावा रखे ने बंदे ना अदिया आप खाते ने अदिया मुलाजमान देंगे पे झाड़ू वाली सीट ते आवन मुस्लिम लोग साल बंदा हो गए जी कचिया च काम कर परमानेंट नहीं किया गया, उन्होंने हर एक कोर्ट चो दावा उन्होंने हक च फैसला होया नहीं उन्होंने मनिया गया ਜਿਹੜਾ ਕਹਿੰਦੇ ਕੱਚੇ ਡੇਲੀ ਵੇਜਰ ਦੇ ਜਾ ਰਹੇ ਜੀ, ਅਗਰ ਉਹਨਾਂ ਨੂੰ ਆਰਡਰ ਦਿੰਦੇ ਨੇ ਤਾਂ ਫਰਕ ਚਾਰਜ ਦੇ ਆਰਡਰ ਦਿੰਦੇ ਨੇ, ਉਹ ਹੁੰਦਾ ਕਿ ਸਾਨੂੰ ਤਾਂ ਆਪ ਨੂੰ ਅਜੇ ਤੇ ਕਰਦਾ ਮੈਂ ਜਾਈ ਵੀ ਫਰਕ ਚਾਰਜ ਚੀਜ਼ ਕੀ ਹੈ, ਫਰਕ ਤਾਂ ਜੋ ਸੁਬਾ ਸੁਬਾ ਕਰ ਰਹੇ ਹਾਂ ਜਿਹੜਾ ਅਸੀਂ ਕੰਮ ਤੇ ਜਾ ਰਹੇ ਹਾਂ ਵਰਕ ਹੀ ਹੈ, ਲੇਕਿਨ ਚਾਰਜ ਉਹਨਾਂ ਨੇ ਕਾਹਦਾ ਲਗਾ ਦਿੱਤਾ ਸਾਨੂੰ ਇਹ ਨਹੀਂ ਸਮਝ ਆਈ। ਸਾਨੂੰ ਫਾਸਟੀਕੇਟ ਦਿੱਤੀ ਜਾਵੇ ਤੇ ਸਾਡਾ ਨੋਟੀਫਿਕੇਸ਼ਨ ਜਾਰੀ ਹੋਇਆ 32,000 ਦਾ, ਸਾਨੂੰ ਅਜੇ ਤੱਕ 32,000 ਨਹੀਂ ਦਿੰਦੇ ਪਏ, ਸਾਨੂੰ 29,000 ਤਨਖਾਹ ਉਹਨਾਂ ਦੇ, ਸਾਨੂੰ 24,000 ਕਦੀ ਦਿੰਦੇ ਨੇ, ਕਦੀ 25,000 ਦਿੰਦੇ ਨੇ, ਕਦੀ 23,000 ਦਿੰਦੇ ਨੇ, ਸਾਨੂੰ ਉਹ ਵੀ ਨਹੀਂ ਪੂਰੀ ਦਿੰਦੇ ਪਏ। ਜ਼ਿਆਦਾ ਮਿਹਰਬਾਨੀ ਕੀਤੀ ਜਾਵੇ ਸਾਡੀ 32,000 ਤਨਖਾਹ ਸਾਨੂੰ 32,000 ਰੁਪਏ ਬੱਚੇ ਸੁਪਰਵਾਈਜ਼ਰ ਹੈ, ਹਰ ਕਿਸੇ ਬੰਦੇ ਨੂੰ ਲਾਲਾ ਤੇ ਫੁੱਡੇ ਮਾਰਦਾ, ਇਹਨੂੰ ਬਦਲਿਆ ਜਾਵੇ, ਇਹਨੂੰ ਆਦਿ ਟੂਬਲ ਆਪਰੇਟਰ ਤੇ ਲਿਆ ਜਾਵੇ। ਕਹਿਣ ਤੇ ਸਾਡੇ ਭਾਈ ਨੇ ਚੇਅਰਮੈਨ ਸਾਹਿਬ ਅਸੀਂ ਇਹਨਾਂ ਦੇ ਕਹਿਣ ਤੇ ਹੜਤਾਲ ਖਤਮ ਕਰ ਰਹੇ ਹਾਂ, ਬਾਕੀ ਆ ਸਾਡੇ ਮੁਤਾਲਬੇ ਦੀ ਜ਼ਿੰਮੇਵਾਰੀ ਚੇਅਰਮੈਨ ਸਾਹਿਬ ਨੇ ਲਈ ਹੈ ਤੇ 2 ਦਿਨਾਂ ਦੇ ਵਿੱਚ ਮੈਂ ਪੂਰੇ ਕਰਾਵਾਂਗਾ। ਮੀਆਂ ਸ਼ੇਰਕਾ ਸਾਹਿਬ ਜ਼ਿੰਦਾਬਾਦ, ਮੀਆਂ ਮਹਾ ਬੱਟੂ ਸਾਹਿਬ ਜ਼ਿੰਦਾਬਾਦ, ਮੌਲਵੀ ਨਾਸਰ ਸਾਹਿਬ ਜ਼ਿੰਦਾਬਾਦ। ਅੱਛਾ ਉਹਨਾਂ ਤੁਸੀਂ ਬੋਲ ਰਹੇ ਅਸੀਂ ਜ਼ਿੰਦਾ ਸਾਹਿਬ ਦੇ ਆਉਣ ਦੀ ਬੇਹੱਦ ਮੁਸ਼ਕਿਲ ਹੈ, ਅਸੀਂ ਵੀ ਨਹੀਂ ਚਾਹੁੰਦੇ ਕਿ ਸਾਡਾ ਸ਼ਹਿਰ ਹੈ, ਅਸੀਂ ਆਪਣਾ ਸ਼ਹਿਰ ਦੇ ਬੰਦਿਆਂ ਨਹੀਂ ਕਰਨਾ ਚਾਹੁੰਦੇ, ਲੇਕਿਨ ਇੱਕ ਤੋਂ ਬਾ ਅਸਰ ਲੋਕ ਨੇ ਅਤੇ ਸਾਡੇ ਮਿਹਰਬਾਨ ਵੀ ਨੇ ਅਤੇ ਇਹਨਾਂ ਆ ਕੇ ਸਾਡੀ ਇਸ ਮਾਮਲੇ ਵਿੱਚ ਰਹਿਨੁਮਾਈ ਕੀਤੀ ਹੈ, ਬਾਕੀ ਮਾਮਲਾ ਤੁਸੀਂ ਆਪਣੇ ਸਾਰੇ ਮੀਆਂ ਸਾਹਿਬ ਨੂੰ ਦੱਸ ਦਿੱਤੇ ਨੇ, ਉਹਨਾਂ ਨੇ ਇਸ ਚੀਜ਼ ਦਾ ਵਾਅਦਾ ਲੈ ਲਿਆ ਕਿ ਮੈਂ ਸਾਰਾ ਜਿਹੜਾ ਇਹਨਾਂ ਦੇ ਮਾਮਲਾ ਤੁਹਾਡਾ ਜਿੰਨਾ ਵੀ ਸਾਰਾ ਦਰੁਸਤ ਕਰਵਾਵਾਂਗਾ ਅਤੇ ਅਸੀਂ ਇਹਨਾਂ ਦੇ ਆਇਆਂ ਦੀ ਮਿਹਰਬਾਨੀ ਸਮਝਾਂਗੇ। ਤੁਹਾਡੇ ਸਾਰੇ ਦੋਸਤਾਂ ਦੀ, ਅਸੀਂ ਤੁਹਾਡੇ ਸਾਰੇ ਦੋਸਤਾਂ ਦਾ ਮੈਂ ਬੇਹੱਦ ਮਸ਼ਹੂਰ ਹਾਂ, ਤੁਸੀਂ ਮੇਰੇ ਆਇਆਂ ਦਾ ਮਿਹਰਬਾਨੀ ਕੀਤੀ, ਤੁਸੀਂ ਆਪਣੀ ਹੜਤਾਲ ਤੋੜੀ, ਮੈਂ ਇਨਸ਼ਾ ਅੱਲਾਹ ਦੇ ਭਾਈਆਂ ਦੇ ਨਾਲ ਖੜਾ, ਮੈਂ ਕੱਲ੍ਹ ਵੀ ਤੁਹਾਡੇ ਨਾਲ ਸੀ, ਮੈਂ ਅੱਜ ਵੀ ਤੁਹਾਡੇ ਨਾਲ। ਮੀਆਂ ਸ਼ੇਰ ਕਾ ਬੱਟੂ ਜ਼ਿੰਦਾਬਾਦ, ਚੇਅਰਮੈਨ ਸਾਹਿਬ ਜ਼ਿੰਦਾਬਾਦ, ਥੈਂਕ ਯੂ ਸੋ ਮਚ, ਸ਼ੁਕਰੀਆ, ਬਹੁਤ ਬਹੁਤ।